जी नदीन, तुसी तक रहे यूके सुपर स्पोर्ट साडे नाल बड़े तगड़े इंडिया पंजाब तो रेडर मिका भाजी। मिका भाजी तुहानू वेलकम, खुशमदीद हो गया यूके सुपर स्पोर्ट दे यूके ते आमन ते। दसो तुहाडा यूके सीजन किस तरह जा रहा? वधिया जी, जिन्ने भी मैच फस्ट खेडे सीगे मैच उदन हजे नवे आए सीगे, थोड़ा हजे घाते जिदा फस्ट टाइम खेडे सीगे ते थोड़े स्लिपरी जी लग रही सी, बट हुण थोड़ा प्रदर्शन अगे नूं वधिया आ रहा है। हौली हौली थोड़ा अगले नैक्सट मैच दे विच होर थोड़ा वधिया हो जूगा, है ना। तो जिदा जिदा ग्राउंड दे विच पैर थोड़ा टिकन लग पिया। हुण जिहड़ा पहला मैच तुसीं जित्ते हो कवंट्री दे अगेंस्ट, तुहाडा पहला मैच सी, आई थिंक कवंट्री टीम ना जिहड़ी यूके दी टीम, हांजी बड़ी फैडरेशन दी टीम सी। हाँ जी, तुसीं दस्सो तुहाडे उत्थे तुसीं तुहानूं कुछ स्टॉप होया नहीं होया? नहीं, ठीक सीगा, वधिया लगा। जिदा वो नवे आ बंदे सारे जिदा लग लग गया, वो थोड़ा जिहा वधिया जोश नाल खेडदे आ। जिदा हुण सीनियर प्लेयर आ थोड़ा जिदा वधिया टीमां नाल खेडीदा आ, तो उन्हां दा पता हुंदा आ कि उह सियाणे आ, थोड़ा जिहा सट पेट तो बचा घट जिदा हुंदा आ। हांजी, नवियां तो फिर थोड़ा जिहा डर के खेडना पैंदा आ, सट पेट ना वज्जवे, है ना। कई वारी हुंदा आ पिछों कैंची मार दिंदे आ कई वार, है ना, उहदा करके भाजी। ते जिहड़ा तुहाडा क्लब है उत्थे तुहाडे अलावा किहड़े किहड़े होर इंडिया दे स्टार मुंडे खेड रहे? ਸਾਡੇ ਬਬਰਾ ਆ, ਠੀਕੇ ਵਾਲੀ ਆ, ਹਾਂਜੀ, ਭਿੰਦੀ ਵਧੌੜ ਆ, ਕੁਲਵਿੰਦਰ ਆ ਚੰਗੀਆਂ ਆ, ਬਲਕਾਰਾ ਸ਼ਿਕਾਰ ਮਾਸੀਆਂ ਏ, ਅਤੇ ਮਨੀ ਬੱਦੋ ਵਾਲੀ ਆ, ਸਿਮਰ ਸਾਂਦਰਾ, ਇਹ ਸਾਰੇ ਮੁੰਡੇ ਖੇਡ। ਹਾਂਜੀ, ਨਾਲ ਖੇਡ। ਆਪਣਾ ਇੰਡੀਆ ਪੰਜਾਬ ਕਿਹੜੇ ਥਾਂ 'ਤੇ ਲੱਗਾ? ਮੇਰਾ ਭਾਜੀ ਜ਼ਿਲ੍ਹਾ ਜਲੰਧਰ ਆ, ਸ਼ਾਹਕੋਟ ਆ, ਸ਼ਾਹਕੋਟ ਸ਼ਹਿਰ ਆ, ਅਤੇ ਪਿੰਡ ਮੇਰਾ ਪੂਨੀ ਰੇੜਵਾ। ਹਾਂਜੀ, ਕਿੰਨਾ ਚਿਰ ਹੋ ਗਿਆ ਪ੍ਰੋਫੈਸ਼ਨਲ ਕਬੱਡੀ ਖੇਡਦੇ ਹੋ? ਮੈਨੂੰ 8-9 ਸਾਲ ਹੋ ਗਏ। 8-9 ਸਾਲ ਹੋ ਗਏ, ਹਾਂਜੀ, ਠੀਕ ਹੈ। ਤਾਂ ਯੂਕੇ ਦਾ ਫਸਟ ਟਾਈਮ ਦਾ ਟੂਰ ਹੈ ਜਾਂ ਪਹਿਲਾਂ? ਨਹੀਂ, ਮੇਰਾ ਯੂਕੇ ਦਾ ਫਸਟ ਟਾਈਮ ਹੈ। ਤਾਂ ਉਸਦਾ ਕਿਹੜੀ ਕਿਹੜੀ ਕੰਟਰੀ 'ਚ ਇਸ ਤੋਂ ਪਹਿਲਾਂ ਖੇਡਿਆ? ਅੱਗੇ ਦੁਬਈ ਖੇਡਿਆ ਸੀਗਾ, ਮਲੇਸ਼ੀਆ ਖੇਡਿਆ ਸੀਗਾ। ਹਾਂਜੀ, ਦੁਬਈ ਮਲੇਸ਼ੀਆ ਖੇਡੇ। ਜੇ ਦੁਬਈ ਅਤੇ ਮਲੇਸ਼ੀਆ ਅਤੇ ਯੂਕੇ ਦੇ ਗਰਾਊਂਡਾਂ ਦਾ ਕੀ ਡਿਫਰੈਂਸ ਤੁਸੀਂ ਦੇਖਿਆ? ਵਧੀਆ, ਬੈਸਟ ਆ ਜੀ, ਜਿੱਦਾਂ ਵੀ। ਹਾਂਜੀ, ਨਹੀਂ ਮਤਲਬ ਜਿਹੜਾ ਮੈਂ ਕਹਿ ਰਿਹਾ ਜਿੱਦਾਂ ਗ੍ਰਾਸੀ ਗਰਾਊਂਡ ਆ ਯੂਕੇ ਦੇ, ਜਿੱਦਾਂ ਮਲੇਸ਼ੀਆ ਦਾ ਸੀਗਾ, ਉੱਥੇ ਜਿੱਦਾਂ ਗਰਮੀ ਬਹੁਤ ਜ਼ਿਆਦਾ ਹੁੰਦੀ ਆ। ਠੀਕ ਹੈ, ਹਾਂਜੀ, ਉੱਥੇ ਸਲਿਪਰੀ ਹੁੰਦੀ ਆ, ਥੋੜ੍ਹਾ ਜਿਹਾ ਕਚਰਾ ਕੁਚਰਾ ਜਿਹਾ ਹੁੰਦਾ ਗਰਾਊਂਡ ਦੇ ਵਿੱਚ। ਠੀਕ ਹੈ, ਅਤੇ ਬਾਕੀ ਦੁਬਈ ਦੀ ਥੋੜ੍ਹੀ ਉਹ ਫੁੱਟਬਾਲ ਵਾਲੀ ਗਰਾਊਂਡ ਹੁੰਦੀ, ਹਾਕੀ ਵਾਲੀ ਹੁੰਦੀ ਆ, ਅਤੇ ਵਧੀਆ ਸੀਗਾ, ਇਹ ਵੀ ਗਰਾਊਂਡ ਵਧੀਆ, ਬੈਸਟ ਆ। ਅਤੇ ਅੱਜ ਥੋੜ੍ਹਾ ਜਿਹਾ ਸੀਗਾ ਜਿੱਦਾਂ ਆਪਣੇ ਆ ਤੇੜਾਈਆਂ ਸੀਗੀਆਂ ਗਰਾਊਂਡ ਦੇ ਵਿੱਚ, ਥੋੜ੍ਹਾ ਜਿਹਾ ਡਰ ਲੱਗ ਰਿਹਾ ਖੇਡਣ ਤੋਂ, ਮਤਲਬ ਕੋਈ ਸੱਟ ਫੇੜਨਾ। ਹਾਂਜੀ, ਸੱਟ ਫੇੜਨਾ ਵੱਜੇ। ਸਭ ਤੋਂ ਜ਼ਿਆਦਾ ਤੁਹਾਨੂੰ ਕਿਹੜਾ ਮਤਲਬ ਇੰਡੀਆ ਨੂੰ ਛੋੜ ਕੇ ਜਾ ਗੱਲ ਆਪਣੀ ਕੰਟਰੀ ਦੇ ਆਊਟਸਟੈਂਡਿੰਗ ਤੁਹਾਡੇ ਆਉਂਦੇ ਲੋਕ ਸਪੋਰਟ ਕਰਨ ਲਈ, ਲੇਕਿਨ ਉਸ ਤੋਂ ਇਲਾਵਾ ਫੋਰਨ ਕੰਟਰੀ 'ਚ ਕਿਹੜੀ ਜਗ੍ਹਾ ਤੁਹਾਨੂੰ ਖੇਡ ਕੇ ਮਜ਼ਾ ਆਇਆ, ਜਿੱਥੇ ਆ ਕੇ ਬੜੇ ਤੁਹਾਨੂੰ ਆਡੀਅੰਸ ਮਿਲੇ, ਬੜਾ ਕਰਾਊਡ ਮਿਲਿਆ, ਕਿਹੜੇ ਥਾਂ ਜ਼ਿਆਦਾ ਮਜ਼ਾ ਆਇਆ ਖੇਡਣ ਦਾ? ਵਧੀਆ ਸੀਗਾ, ਦੁਬਈ ਵੀ ਬਹੁਤ ਜਿੱਦਾਂ ਮਾਣ ਮਿਲਿਆ ਸੀਗਾ। ਹਾਂਜੀ, ਅਤੇ ਬਟ ਇੱਥੇ ਹੁਣ ਜਿੱਦਾਂ ਇੱਕ ਮੈਚ ਹੋਇਆ ਆ, ਹੁਣ ਨੈਕਸਟ ਨੈਕਸਟ ਜਿੱਦਾਂ ਹੁਣ ਜਾਣ ਪਛਾਣ ਵੱਧਦੀ ਜਾਂਦੀ ਆ, ਵਧੀਆ ਲੱਗ ਰਿਹਾ ਇੱਥੇ ਵੀ। ਹਾਂਜੀ, ਵਧੀਆ ਲੱਗ ਰਿਹਾ। ਹਾਂਜੀ, ਵਧੀਆ ਲੱਗ ਰਿਹਾ। ਹਾਂਜੀ, ਅਤੇ ਸਾਨੂੰ ਦੱਸੋ ਇਹ ਕਿ ਜਿਹੜਾ ਆਪਣਾ ਜਦੋਂ ਵਰਲਡ ਕੱਪ ਆ ਰਿਹਾ, ਜਦੋਂ ਵੀ ਹੋਇਆ ਕਬੱਡੀ ਦਾ ਵਰਲਡ ਕੱਪ, ਅਤੇ ਤੁਹਾਨੂੰ ਕੀ ਲੱਗਦਾ ਕਿ ਜਿਸ ਤਰ੍ਹਾਂ ਤੁਸੀਂ ਪਰਫਾਰਮ ਕਰ ਰਹੇ ਹੋ, ਜਿਸ ਤਰ੍ਹਾਂ ਮਿਹਨਤਾਂ ਕਰ ਰਹੇ ਹੋ, ਅਗਰ ਤੁਹਾਨੂੰ ਮੌਕਾ ਮਿਲਿਆ ਆਪਣੀ ਨੈਸ਼ਨਲ ਟੀਮ ਵੱਲੋਂ, ਅਤੇ ਉਦੋਂ ਉੱਥੇ ਵੀ ਜਾ ਕੇ ਤੁਸੀਂ ਇਸ ਤਰ੍ਹਾਂ ਹੀ ਪਰਫਾਰਮੈਂਸ ਕਰੋਗੇ? ਹਾਂਜੀ, ਆਪਣਾ ਬੈਸਟ ਦੇਵਾਂਗੇ। ਹਾਂਜੀ, ਬੈਸਟ ਦੇਵੋਗੇ। ਹਾਂਜੀ, ਅਤੇ ਤੁਸੀਂ ਕਿੰਨੀ ਮਿਹਨਤ ਕਰਦੇ ਹੋ ਜਦੋਂ ਕਬੱਡੀ ਦਾ ਸੀਜ਼ਨ ਨਹੀਂ ਹੁੰਦਾ, ਆਊਟ ਆਫ ਸੀਜ਼ਨ ਤੁਸੀਂ ਤੁਹਾਨੂੂੰ ਕਿੰਨੀ ਮਿਹਨਤ ਕਰਨੀ ਪੈਣੀ ਆਪਣੀ? ਇਹ ਪ੍ਰੈਕਟਿਸ ਤਾਂ ਹੀ 24 ਘੰਟੇ, ਹਰੇਕ ਦਿਨ ਸਾਲ ਹੋਵੇ, ਗਰਮੀ ਹੋਵੇ, ਹੈ ਨਾ, ਉਹ ਤਾਂ ਲਾਉਣੀ ਪੈਣੀ ਹੈ। ਅਤੇ ਜੇ ਲਾਵਾਂਗੇ, ਖੁਰਾਕ ਖਾਵਾਂਗੇ, ਫਿਰ ਹੀ ਅੱਗੇ ਆ ਹੁੰਦਾ। ਅਤੇ ਸਪੈਸ਼ਲੀ ਕਿਹੜੀਆਂ ਚੀਜ਼ਾਂ ਤੋਂ ਖੁਰਾਕ ਤੁਸੀਂ ਸਪੈਸ਼ਲ ਖਾਂਦੇ ਹੋ, ਜਿਹੜੀ ਡਾਇਟ ਆਪਣੀ, ਕਿਹੜੀ ਜ਼ਿਆਦਾ ਤੁਸੀਂ ਜਿਹੜੇ ਬਾਅਦ ਦੀ ਵਿਵਰ ਦੇਖਣਗੇ ਜਾਂ ਜਿਹੜੇ ਯੰਗਸਟਰ ਦੇਖਣਗੇ, ਤੁਸੀਂ ਕੀ ਸਮਝਦੇ ਕਿਹੜਾ ਪ੍ਰੋਫੈਸ਼ਨਲ ਡਾਇਟ? ਤਾਂ ਹੁਣ ਦੇਸੀ ਚੱਲਦੀ ਹੈ ਜਿੱਦਾਂ। ਹਾਂਜੀ, ਬਦਾਮ ਆ, ਬਦਾਮ ਦੂ ਆ, ਜਿੱਦਾਂ ਰਾਤ ਨੂੰ ਭੇਲ ਲਈਦੀ ਆ, ਸਵੇਰੇ ਖਾ ਲਈਦੀ ਆ, ਸ਼ਰਦਾਈ ਰਗੜ ਕੇ ਪੀ ਲਈਦੀ ਆ, ਚਿਕਨ ਹੋ ਜਾਂਦਾ ਆ, ਆਂਡੇ ਆ, ਜਿੱਦਾਂ ਇਹੀ ਘਰ ਦੀ ਖੁਰਾਕ ਆ ਦੇਸੀ। ਰਨਿੰਗ ਕਿੰਨੀ ਕਰਦੇ ਹੋ ਡੇਲੀ? ਰਨਿੰਗ ਹੁੰਦੀ ਆ 2-2.5 ਘੰਟੇ, ਪ੍ਰੈਕਟਿਸ ਸਵੇਰੇ ਹੁੰਦੀ ਆ, 2-2.5 ਘੰਟੇ ਸ਼ਾਮ ਨੂੰ ਹੁੰਦੀ ਆ, ਜਿੰਨੀ ਮਰਜ਼ੀ ਗਰਮੀ ਹੋਵੇ। ਹਾਂਜੀ, ਗਰਮੀ ਹੋਵੇ, ਸਿਆਲ ਹੋਵੇ, ਉਹ ਤਾਂ ਲਾਉਣੀ ਆ, ਉਹ ਪੱਕਾ ਲਾਉਣੀ ਆ। ਕਈ ਕੰਮ ਹੋਵੇ, ਕੰਮ ਛੱਡ ਕੇ ਵੀ ਕਿਤੇ ਰਸਤਾਰੀ 'ਚ ਜਾਣਾ ਹੋਵੇ, ਉਹ ਸਾਰਾ ਕੁਛ ਉਸ ਟਾਈਮ ਦੇ ਨਾਲ ਕਰਨਾ ਹੀ ਕਰਨਾ ਹੈ। ਠੀਕ ਹੈ, ਸ਼ੁਕਰੀਆ ਜੀ, ਤੁਸੀਂ ਭਾਅ ਜੀ ਦੀ ਗੱਲਬਾਤ ਸੁਣੀ, ਬੜਾ ਅੱਛਾ ਮਾਸ਼ਾਅੱਲਾ ਇਹਨਾਂ ਨੇ ਸਾਨੂੰ ਇੰਟਰਵਿਊ ਦਿੱਤਾ ਔਰ ਬੜੀਆਂ ਅੱਛੀਆਂ ਗੱਲਾਂ ਦੱਸੀਆਂ, ਸਪੈਸ਼ਲੀ ਨੌਜਵਾਨਾਂ ਲਈ ਇਹਨਾਂ ਨੇ ਬੜਾ ਅੱਛਾ ਮੈਸੇਜ ਸੀ, ਔਰ ਸਾਡੀ ਬੈਸਟ ਆਫ ਲੱਕ ਜਿਸ ਤਰ੍ਹਾਂ ਇਹ ਖੇਡਦੇ ਪਏ, ਇਹਨਾਂ ਦੀ ਟੀਮ ਲਈ ਅੱਜ ਲੱਕ ਕਰੇ, ਇਹਨਾਂ ਦੀ ਟੀਮ ਫਾਈਨਲ ਖੇਡੇ। ਥੈਂਕ ਯੂ ਵੈਰੀ ਮਚ ਭਾਅ ਜੀ ਟੀਮ ਦੇ।